ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾ ਇੱਕ ਬਹੁਤ ਪਿਆਰਾ ਗੀਤ ਹੈਗਾ ਉਹ ਜੱਸੀ ਭਾਜੀ ਗਾਉਂਦੇ ਨੇ ਉਸ ਗੀਤ ਨੂੰ ਜਸਵੀਰ ਜੱਸੀ ਜੀ ਗੁਰਦਾਸਪੁਰਿਆ ਜੀ ਦਿਲ ਲੱਗੀ ਕੁੜੀ ਗੁਜਰਾਤ ਦੀ ਤੇ ਕਦੇ-ਕਦੇ ਰਣਜੀਤ ਬਾਵਾ ਵੀ ਉਸ ਗੀਤ ਨੂੰ ਗਾਉਂਦਾ ਹੈ ਤੇ ਕਦੇ-ਕਦੇ ਦਲਜੀਤ ਵੀ ਉਸ ਗੀਤ ਨੂੰ ਗੱਡੀ ਦੇ ਵਿੱਚ ਲਾ ਕੇ ਸੁਣਦਾ ਤੇ ਉਹ ਜਦੋਂ ਖੁਸ਼ ਹੁੰਦਾ ਤੇ ਇਸ ਗੀਤ ਨੂੰ ਲਾ ਕੇ ਸੁਣਦਾ ਆਪਣੀਆਂ ਰੀਲਸ ਬਣਾ ਕੇ ਪਾਉਂਦਾ ਇਸ ਗੀਤ ਤੇ ਮੈਂ ਇਹਨਾਂ ਪ੍ਰਾਵਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਇਹ ਗਾਣਾ ਮੈਂ ਇੰਗਲੈਂਡ ਦੇ ਵਿੱਚ ਜੈਕਲ 뮤직 ਡਾਇਰੈਕਟਰ ਦੇ ਨਾਲ ਕੀਤਾ ਸੀਗਾ ਓਕੇ ਉਸ ਗਾਣੇ ਦੀ ਵੀਡੀਓ ਚ ਵੀ ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਮੈਨੂੰ ਲੈਣਾ ਉਹਨੇ ਪਤਾ ਨਹੀਂ ਕਿੱਦਾਂ ਦੀ ਵੀਡੀਓ ਬਣਾ ਕੇ ਬਵਾ ਜਾਰਜੀ ਵੀਡੀਓ ਬਣਾ ਕੇ ਰਿਲੀਜ਼ ਕਰ ਦਿੱਤਾ ਤੇ ਬਟ ਜਿਹੜੇ ਗਾਣੇ ਦੇ ਮੁਕੱਦਰ ਚੰਗੇ ਹੁੰਦੇ ਨੇ ਉਹ ਅੱਜ ਤੱਕ ਚੱਲ ਰਹੇ ਨੇ ਚੱਲ ਰਹੇ ਨੇ ਬਿਲਕੁਲ 2001 ਦੇ ਵਿੱਚ ਅੱਜ 22 ਸਾਲ ਹੋ ਗਏ ਉਸ ਗਾਣੇ ਨੂੰ ਆਏ ਅੱਜ ਵੀ ਉਹ ਸੁਪਰ ਹਿੱਟ ਹੈ ਗੀਤ ਬਿਲਕੁਲ ਹੈਨਾ ਜਿਨ੍ਹਾਂ ਨੇ ਮੇਰੀ ਆਵਾਜ਼ ਨੂੰ ਸੁਣਨਾ ਉਹਨਾਂ ਨੇ ਸੁਣ ਹੀ ਲੈਣਾ ਤੇ ਜਿਨ੍ਹਾਂ ਨੇ ਮੈਨੂੰ ਜਿਹੜੇ ਮੈਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਰੋਸਾ ਰਿਹਾ ਕਿਸੇ ਚੀਜ਼ ਨੂੰ ਲੈ ਕੇ ਜਿੱਦਾਂ ਇਹ ਤੁਸੀਂ ਗੱਲ ਦੱਸੀ ਹੈ ਨਾ ਇਹ ਰੋਸੇ ਹੈਗੇ ਇਹ ਰੋਸੇ ਹੈਗੇ ਇਹ ਰੋਸੇ ਹੈਗੇ ਉਹ ਬਹੁਤ ਜ਼ਿਆਦਾ ਵੀ ਮੈਂ ਕਿਸੇ ਨਾਲ ਇੰਨਾ ਗੁੱਸੇ ਨਹੀਂ ਹੈਗਾ ਕਿ ਵੀ ਮੇਰਾ ਮੈਂ ਉਹਨਾਂ ਨਾਲ ਹੱਥੋਂ ਪਾਈ ਹੋ ਜਾਊਂਗਾ ਮੈਂ ਹੱਥ ਜੋੜ ਕੇ ਹੀ ਰਹਿਣ ਵਾਲਾ ਇੰਡਸਟਰੀ ਦੇ ਵਿੱਚ ਚਲੋ ਮੈਂ ਉਹਨਾਂ ਲਈ ਵੀ ਦੁਆ ਕਰਦਾ ਖੁਸ਼ ਰਹਿਣ ਗੀਤ ਤੁਹਾਡੇ ਬਹੁਤ ਸਾਰੇ ਆਏ ਬਹੁਤ ਸਾਰੇ ਗੀਤਾਂ ਨੂੰ ਪਿਆਰ ਮਿਲਿਆ ਹੈ ਨਾ ਅਜੇ ਵੀ ਲੋਕ ਸੁਣਦੇ ਆ ਚਾਹੇ ਉਹ ਰੋਮਾਂਟਿਕ Song ਹੋਣ ਤੁਹਾਡੇ ਚਾਹੇ ਸੈਡ Song ਹੋਣ ਹੈ ਨਾ ਚਾਹੇ ਕਾਸੀ ਗਏ ਕਿ ਡਿਸਕੋ ਵਿੱਚ ਮੱਥੜ ਵਾਲੇ ਥੋੜੇ ਹੈ ਨਾ ਤੁਸੀਂ ਪਰ ਜ਼ਿਆਦਾ ਪਹਿਲ ਉਹਨਾਂ ਦਿੱਤੀ ਕਿ ਜਿਹੜੀ ਆਵਾਜ਼ ਨੂੰ ਮਿੱਠੀ ਆਵਾਜ਼ ਹੈ ਨਾ ਦੇ ਅਕੋਰਡਿੰਗ ਰਹਿਣ ਮੇਰਾ ਜੋਨ ਸੀਗਾ ਮੈਂ ਉਹਨੂੰ ਜ਼ਿਆਦਾ ਪ੍ਰੀਫਰੈਂਸ ਕੀਤੀ ਹੈ ਬਟ ਮੇਰੇ ਡਾਂਸਿੰਗ Song ਵੀ ਬਹੁਤ ਹਿੱਟ ਨੇ ਜਿਨ੍ਹਾਂ ਦੇ ਵਿੱਚ ਗੀਤਾਂ ਦਾ ਬੰਦ ਬੋਤਲੇ ਗਿੱਧੇ ਦੇ ਵਿੱਚ ਖੁੱਲ-ਖੁੱਲ ਜਾਵੇ ਤੇ ਇਸ ਤੋਂ ਇਲਾਵਾ ਮੇਲੇ ਵਿੱਚ ਪੈਣ ਬੋਲੀਆਂ ਢੋਲ ਵੱਜ ਗਏ ਪਤਲੀ ਨਾਰੇ ਬਹੁਤ ਸੁਪਰ ਹਿੱਟ ਰਿਹਾ ਉਸ ਤੋਂ ਬਾਅਦ ਪਤਲੋ ਗਾਣਾ ਪਤਲੋ ਸੀ ਬਿਲਕੁਲ ਗਿੱਧੇ ਚ ਬਰੋਲੇ ਵਾਂਗੂ ਘੁੰਮੇ ਪਤਲੋ ਜਾਂ ਹੌਲੀ-ਹੌਲੀ ਕਰਾਂਗੇ ਤਰੱਕੀਆਂ ਨਵੇਂ-ਨਵੇਂ ਆਏ ਆ ਪੰਜਾਬ ਤੋਂ ਹਨ ਇਹ ਇਹ ਇਹੋ ਜੇ ਕਾਫੀ سارے ਗਾਣੇ ਹੈਗੇ ਆ ਜਿਹੜੇ ਮੈਂ ਜਿਹੜੇ ਸੁਪਰ ਹਿੱਟ ਰਹੇ ਆ ਸੁਪਰ ਹਿੱਟ ਰਹੇ ਆ ਹੋਰ ਅੱਜ ਵੀ ਲੋਕ ਸੁਣਦੇ ਆ ਹਨਾ ਸਾਈਡ ਦੀ ਗੱਲ ਕਰਾਂ ਤੇ ਦੱਸ ਕਿਹੜੇ ਪਿਆਰ ਦੀ ਦੁਹਾਈ ਦੇਣ ਆਈ ਹੈ ਹਨਾ ਮੈਨੂੰ ਲੱਗਦਾ ਕਿ ਅਸੀਂ ਛੋਟੇ ਹੁੰਦੇ ਸੀ ਸਾਨੂੰ ਨਹੀਂ ਵੀ ਲਿਰਿਕਸ ਪਤਾ ਹੁੰਦੇ ਸੀ ਗਲਤ ਗਾਉਂਦੇ ਤਰਜ਼ ਬਣਾਉਂਦੇ ਸੀ ਪਰ ਗਾਉਂਦੇ ਜ਼ਰੂਰ ਸੀ ਉਸ ਗੀਤ ਤੂੰ ਪਿਆਰ ਉਹਨਾਂ ਦਿੰਦੇ ਸੀ ਹੈਨਾ ਸੋ ਇਹ ਇਹ ਪਿਆਰ ਹੀ ਹੁੰਦਾ ਹੈ ਇੱਕ ਆਰਟਿਸਟ ਲਈ ਮੈਨੂੰ ਲੱਗਦਾ ਇਹੀ ਵੱਡੀ ਚੀਜ਼ ਇੱਕ ਆਰਟਿਸਟ ਲਈ ਹੁੰਦੀ ਹੈ ਕਿ ਉਹਦੇ ਦਰਸ਼ਕ ਜਾਂ ਉਹਦੇ ਸਰੋਤੇ ਜਿਹੜੇ ਆ ਹਨਾ ਚਾਹੇ ਉਹਨਾਂ ਨੂੰ ਗਲਤ ਆ ਰਿਹਾ ਲਿਰਿਕਸ ਬੋਲਨੇ ਆ ਜਿੱਦਾਂ ਵੀ ਪਰ ਉਹ ਉਸ ਗੀਤ ਨੂੰ ਪਿਆਰ ਕਰਦੇ ਆ ਉਸ ਉਸ ਕਲਾ ਨੂੰ ਜਾਂ ਉਹਨਾਂ ਦੇ ਹਰ ਇੱਕ ਚੀਜ਼ ਨੂੰ ਜਿਹੜੀ ਹੈ ਉਹ ਪਿਆਰ ਕਰਦੇ ਆ ਤੁਸੀਂ ਆਪਣੇ ਆਪ ਨੂੰ ਇਸ ਚੀਜ਼ 'ਚ ਕਿੰਨਾ ਬlesਸ ਮੰਨਦੇ ਹੋ ਮੈਂ ਤਾਂ ਕਹਿੰਦਾ ਹੀ ਸਭ ਕੁਝ ਰੱਬ ਦਾ ਮੈਂ ਬlesਸ ਦਾ ਮਾਲਕ ਨੇ ਮੈਨੂੰ ਇੰਨਾ ਕੁ ਵਧੀਆ ਗਾਲਾ ਬਖਸ਼ਿਆ ਮੈਂ ਉਹਦਾ ਹਮੇਸ਼ਾ ਸ਼ੁਕਰਗੁਜ਼ਾਰ ਕਰਦਾ ਰਹਿਣਾ ਤੇ ਜੋ ਵੀ ਮੈਨੂੰ ਬਖਸ਼ਿਆ ਮੈਂ ਅੱਜ ਦੀ ਰੇਟ ਦੇ ਵਿੱਚ ਜੇ ਮੈਂ ਕੁਝ ਹਾਂ ਮੈਂ ਆਪਣੇ ਸਰੋਤਿਆਂ ਕਰਕੇ ਜਾਂ ਉਹ ਮਾਲਕ ਦੀ ਮਿਹਰਬਾਨੀ ਕਰਕੇ ਹੀ ਹਾਂ ਏਦਾਂ ਦਾ ਕੁਝ ਨਹੀਂ ਕਿ ਵੀ ਮੈਂ ਕੋਈ ਬਹੁਤ ਵੱਡਾ ਰਿਆਜ਼ੀ ਹਾਂ ਜਾਂ ਬਹੁਤ ਮੈਂ ਆਪਣੇ ਆਪ ਨੂੰ ਏਦਾਂ ਰੱਖਦਾ ਨਹੀਂ ਕੁਝ ਵੀ ਨਹੀਂ ਹੈਗਾ ਸਭ ਸਭ ਮੈਂ ਕ੍ਰੈਡਿਟ ਰੱਬ ਨੂੰ ਤੇ ਆਪਣੇ ਸਰੋਤਿਆਂ ਦਿੰਦਾ ਮੈਂ ਚਾਹਾਂਗੇ ਦੋ ਲਾਈਨਾਂ ਇਸ ਗੀਤ ਦੀਆਂ ਹੋ ਜਾਣ ਸਾਰੇ ਦਰਸ਼ਕਾਂ ਦੀ ਵੀ ਔਰ ਸਰੋਤੇ ਜਿਹੜੇ ਛੋਟੇ ਹੁੰਦੇ ਜੀ ਮਹਤਮਾ ਮੈਨੂੰ ਤੁਸੀਂ ਬੁੱਢਾ ਕਰ ਦਿੱਤਾ ਨਹੀਂ ਬਿਲਕੁਲ ਨਹੀਂ ਤੁਸੀਂ ਬਹੁਤ ਯੰਗ ਸੀਗੇ ਉਸ ਟਾਈਮ ਦੇ ਤੇ ਦੁਨੀਆ ਦਾ ਹਸਾ ਜਹਾਂ ਬਣਾ ਕੇ ਮੇਰੇ ਪਿਆਰ ਨੂੰ ਰਮਵਾੜੇ ਪਿੰਜਰੇ ਚ पाके मेरे प्यार नु आंख दिय हक च गवाही देण आई ए ਛੱਡ ਕੇੜੇ ਪਿਆਰ ਦੀ ਦੋਹਾਈ ਦੇਣ ਆਈ ਐ ਛੱਡ ਕੇੜੇ ਪਿਆਰ ਦੀ ਦੁਹਾਈ ਦੇਣ ਆਈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ